ਸਤਿ ਸ਼੍ਰੀ ਅਕਾਲ ਤੁਸੀਂ ਲੋਕਰ ਆ ਟੀਵੀ ਦੇਖ ਰਹੇ ਹੋ ਤੇ ਮੈਂ ਹਾਂ ਪਰਮਿੰਦਰ ਸਿੰਘ ਥੋੜਾ ਸਵਾਗਤ ਹੈ ਇਸ ਖਾਸ ਪ੍ਰੋਗਰਾਮ ਦੇ ਵਿੱਚ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਮੇਰੇ ਨਾਲ ਫੇਰ ਹਰਜਿੰਦਰ ਸਿੱਧੂ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਰਮਿੰਦਰ ਸਿੰਘ ਠੀਕ ਠਾਕ ਹਾਂ ਚੜ੍ਹਦੀ ਕਲਾ ਗੱਲ ਕਰ ਲਈਏ ਸਟਾਰਟ ਕਰੋ ਸਿੱਧੂ ਸਾਹਿਬ ਆਪਾਂ ਹਰੇਕ ਮੁੱਦੇ ਤੇ ਖੁੱਲ ਕੇ ਗੱਲਬਾਤ ਕਰਦੇ ਹਾਂ ਹੂੰ ਤੇ ਬੇਸ਼ੱਕ ਕੋਈ ਮੁੱਦਾ ਕੋਈ ਵੀ ਹੋਵੇ ਪਰ ਹੁਣ ਮੈਂ ਇੱਕ ਅੱਜ ਸੋਚਿਆ ਜਦੋਂ ਆ ਰਹੇ ਸੀ ਕਿ ਸੋਸ਼ਲ ਮੀਡੀਆ ਤੇ ਜਿਹੜਾ ਮੁੱਦਾ ਨਾ ਗਰਮ ਆ ਜਾਂਦਾ ਹੈ ਉਹ ਸਾਡੇ ਪੱਤਰਕਾਰੇ ਭਾਈਚਾਰੇ ਤੋਂ ਆਉਣ ਤੋਂ ਪਹਿਲਾਂ ਹੀ ਐ ਪੂਰਾ ਤਪਿਆ ਪਿਆ ਬਿਲਕੁਲ ਤੇ ਮੈਂ ਸੋਚਿਆ ਵੀ ਉਸ ਮੁੱਦੇ ਦੀ ਹਮੇਸ਼ਾ ਖੁੱਲ ਕੇ ਆਪਾਂ ਵੀ ਗੱਲਬਾਤ ਕਰਿਆ ਕਰਗੇ ਬਿਲਕੁਲ ਕਿਉਂਕਿ ਸੋਸ਼ਲ ਮੀਡੀਆ ਤੋਂ ਹੀ ਖਬਰਾਂ ਬਣਦੀਆਂ ਮੈਨੂੰ ਲੱਗਦਾ ਅੱਜ ਤੱਕ ਜਿਹੜਾ ਦੌਰ ਬਦਲ ਗਿਆ ਪਹਿਲੇ ਨਹੀਂ ਗੱਲਾਂ ਗਈਆਂ ਆ ਜਿਹੜੇ ਪਿਛਲੇ ਦਿਨਾਂ ਤੋਂ ਤੁਸੀਂ ਵੇਖਿਆ ਕਿ ਇੱਕ ਪੰਜਾਬੀ ਲੋਕ ਗਾਇਕ ਅਮਰਤਮਨ ਵੱਡਾ ਨਾਮ ਹੈ ਪੰਜਾਬੀ ਸਿੰਗਰ ਹੈ ਸਰਕਾਰ ਚ ਵੀ ਕਹਿੰਦੇ ਉਹਦੀ ਬਾਵਾ ਹੌਣੀ ਜੜਾੜਾ ਹੱਥਾ ਠੀਕ ਹੈ ਤੇ ਚੰਗਰ ਸੂਕ ਰੱਖਦਾ ਸਰਕਾਰ ਦੇ ਮੰਤਰੀਆਂ ਨਾਲ ਉਹਨਾਂ ਦੇ ਪਿਤਾ ਤੇ ਇੱਕ ਇਲਜ਼ਾਮ ਲੱਗੇ ਨੇ ਕਿ ਉਹਨੇ ਭਾਈ ਐਸਟੀ ਸਰਟੀਫੀਕੇਟ ਬਣਾ ਕੇ ਪੰਜਾਬ ਸਰਕਾਰ ਚ ਨੌਕਰੀ ਕੀਤੀ ਹੈ ਬਤੌਰ ਮੈਥ ਟਿਚਰ ਹੂੰ ਤੇ ਉਹ ਪਿਛਲੇ ਦਿਨੀ ਰਟਾਇਰਮੈਂਟ ਵੀ ਹੋ ਗਏ ਹੂੰ ਬਤੌਰ ਮੁੱਖ ਅਧਿਆਪਕ ਬਿਲਕੁਲ ਤੇ ਹੁਣ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹਨਾਂ ਨੇ ਜਾਲੀ ਸਰਟੀਫਿਕੇਟ ਕਹਿ ਦਈਏ ਜਾਂ ਕਿਸੇ ਤਰੀਕੇ ਦਾ ਉਹਨਾਂ ਤੇ ਜਿਹੜੇ ਇਲਜ਼ਾਮ ਲੱਗੇ ਨੇ ਬਿਲਕੁਲ ਇਹ ਪੂਰੇ ਮੰਤਰ ਨੂੰ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਤੇ ਅਸਲ ਦੇ ਵਿੱਚ ਗੱਲ ਕੀ ਹੈ ਤੁਹਾਡੇ ਨਜ਼ਰੀਏ ਤੋਂ ਕੋਈ ਦੋ ਰਹਿ ਨਹੀਂ ਪਰਮਿੰਦਰ ਖੇ ਇਲਜ਼ਾਮ ਵੱਡੇ ਨੇ ਜੀ ਔਰ ਇਲਜ਼ਾਮ ਵੀ ਇੱਕ ਆਮ ਬੰਦੇ ਤੇ ਹੋਣ ਤਾਂ ਸ਼ਾਇਦ ਇਹਨਾਂ ਮਸਲਾ ਕੋਈ ਨਾ ਤਪਦਾ ਕਿਉਂਕਿ ਰੋਜ਼ਮਰਹ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਤੇ ਇਲਜ਼ਾਮ ਲੱਗਦੇ ਰਹਿੰਦੇ ਨੇ ਕੋਈ ਨਾ ਕੋਈ ਕਿਸੇ 420 ਦੇ ਵਿੱਚ ਕੜਿੱਕੇ 'ਚ ਜਾਲੀ ਸਰਟੀਫਿਕੇਟਾਂ ਦੇ ਕੜਿੱਕੇ 'ਚ ਫਸਦਾ ਰਹਿੰਦਾ ਹੈ ਬਿਲਕੁਲ ਪਰ ਇੱਥੇ ਜਿਹੜਾ ਮਸਲਾ ਹੈਗਾ ਪੰਜਾਬੀ ਗਾਇਕ ਇੰਡਸਟਰੀ ਦੇ ਜਿਹੜੇ ਹੈਗੇ ਨੇ ਗਾਇਕ ਨੇ ਵੱਡੇ ਅਮਰਤ ਮਾਨ ਦੇ ਪਿਤਾ ਦਾ ਮਾਮਲਾ ਹੂੰ ਤਾਂ ਅਮਰਤ ਮਾਨ ਕੋਈ ਛੋਟੀ ਹਸਤੀ ਨਹੀਂ ਹੈ ਜੀ ਸਰਕਾਰੀ ਦਵਾਰੇ ਵੀ ਚੰਗੀ ਪਹੁੰਚ ਹੈ ਹੂੰ ਵੱਡਾ ਮਨਿਸਟਰ ਇੱਕ ਜਿਹੜਾ ਹੈਗਾ ਉਹਨਾਂ ਦਾ ਕਲਾਸਮੇਟ ਰੂਮ ਮੇਟ ਜਾਂ ਕਹਿ ਲਈਏ ਚੰਗਲ ਲਿਆ ਜੀ ਜੁੜੀਦਾ ਯਾਰ ਬਿਲਕੁਲ ਠੀਕ ਹੈ ਨਾ ਤਾਂ ਮਸਲਾ ਉਹ ਜਿਵੇਂ ਕਹਿੰਦੇ ਹੁੰਦੇ ਆ ਮੀਡੀਆ ਚ ਆਉਣ ਤੋਂ ਪਹਿਲਾਂ ਜਿਵੇਂ ਆਪਣੀ ਮਾਤਾ ਹੋ ਰਹੀਆਂ ਰੋਟੀਆਂ ਪਕਾਉਣ ਤੋਂ ਪਹਿਲਾਂ ਤੰਦੂਰ ਤਪਾ ਲੈਂਦੀਆਂ ਨਾ ਝੋਕੇ ਤੇ ਝੋਕਾ ਝੋਕੇ ਤੇ ਝੋਕਾ ਹਾਂ ਓਵੇਂ ਜਿਕਰ ਹੁਣ ਝੋਕਾ ਝੋਕਾ ਪੂਰਾ ਦਿੱਤਾ ਗਿਆ ਦਿੱਤਾ ਗਿਆ ਠੀਕ ਹੈ ਨਾ ਆਪਾਂ ਤਾਂ ਹੁਣ ਮਨ ਲਗਾ ਦੋ ਦਿਨਾਂ ਬਾਅਦ ਡਿਸਕਸ ਕਰ ਰਹੇ ਹਾਂ ਵੀ ਹੁਣ ਇਹਦੇ ਤੇ ਸਾਰੇ ਪ੍ਰਤੀਕਰਮ ਇੱਕ ਦੂਸਰੇ ਦੋਨੇ ਧਿਰਾਂ ਦੇ ਹਾਂ ਹੁਣ ਮਸਲਾ ਆਪਾਂ ਥੋੜਾ ਜਿਹਾ ਬਸ ਪਿੱਛੇ ਜਾਣੀ ਆ ਵੀ ਮਸਲਾ ਇਹ ਸੀਗਾ ਵੀ ਜਦੋਂ ਉਹਨਾਂ ਨੇ ਨੌਕਰੀ ਪ੍ਰਾਪਤ ਕਰਨੀ ਸੀ ਹਮ ਮੈਥ ਟੀਚਰ ਦੀ ਹਮ ਤਾਂ ਜਿਹੜੇ ਇਲਜ਼ਾਮ ਲੱਗੇ ਆ ਮੈਂ ਉਸ ਇਲਜ਼ਾਮ ਲਾਉਣ ਵਾਲੇ ਬੰਦੇ ਦੇ ਹਵਾਲੇ ਦੇ ਨਾਲ ਇਹ ਗੱਲ ਕਰ ਰਿਹਾ ਹਾਂ ਉਹਨਾਂ ਨੇ ਕਿਹਾ ਕਿ ਜਦੋਂ ਅਮਰਤਮਾਨ ਦੇ ਪਿਤਾ ਬਲਵੀਰ ਆਪਣਾ ਸਰਬਜੀਤ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਖਾਰਾ ਉਹਨਾਂ ਨੇ ਜਦੋਂ ਨੌਕਰੀ ਲੈਣੀ ਸੀ ਤਾਂ ਉਹਨਾਂ ਨੇ ਆਪਣਾ ਜਾਤੀ ਸਰਟੀਫਿਕੇਟ ਐਸਸੀ ਵਰਗ ਵੱਲੋਂ ਪੇਸ਼ ਕੀਤਾ ਹਮ ਠੀਕ ਹੈ ਨਾ ਤਾਂ ਉਸ ਦੇ ਆਧਾਰ ਤੇ ਉਹਨਾਂ ਨੇ ਜੀ ਆਪਦੀ ਨੌਕਰੀ ਲਈ ਨੌਕਰੀ ਲੈਣ ਤੋਂ ਬਾਅਦ ਨੌਕਰੀ ਦਾ ਸਾਰਾ ਐਸ਼ਵਾਰਾਮ ਮਾਣਿਆ ਨੌਕਰੀ ਮਾਣੀ ਸਾਰੇ ਫੰਡ ਭੱਤੇ ਵਗੈਰਾ ਲੈ ਕੇ ਤੇ ਹੁਣ ਉਹ ਪਿੱਛੇ ਜੇ ਰਿਟਾਇਰ ਹੋ ਗਏ ਜੀ ਠੀਕ ਹੈ ਨਹੀਂ ਰਿਟਾਇਰ ਹੋਣ ਤੋਂ ਬਾਅਦ ਹੁਣ ਉਹਨਾਂ ਦਾ ਇਹ ਉਹਨਾਂ ਨੇ ਨਵਾਂ ਸੱਪ ਕੱਢ ਲਿਆਂਦਾ ਵੀ ਤਾਂ ਨੌਕਰੀ ਇਹਨਾਂ ਨੇ ਜਾਲੀ ਸਰਟੀਫਿਕੇਟ ਬਣਾ ਕੇ ਲਈ ਸੀ ਜੀ ਹਮ ਇੱਥੇ ਹੁਣ ਇਹਨਾਂ ਨੂੰ ਪਤਾ ਕਿਵੇਂ ਲੱਗਿਆ ਐਸਸੀ ਭਾਈਚਾਰੇ ਵੱਲੋਂ ਐਸਸੀ ਵਰਗ ਵੱਲੋਂ ਉਹਨਾਂ ਦੀ ਜਥੇਬੰਦੀ ਵੱਲੋਂ ਮੋਹਾਲੀ ਦੇ ਵਿੱਚ ਇੱਕ ਵੱਡਾ ਮੋਰਚਾ ਵੱਡਾ ਧਰਨਾ ਚੱਲ ਰਿਹਾ ਹੈਗਾ ਆਪਣੀਆਂ ਮੰਗਾਂ ਆਪਣੇ ਹੱਕਾਂ ਨੂੰ ਲੈ ਕੇ ਜੀ ਉਹਨਾਂ ਕੋਲ ਸਮੇਂ-ਸਮੇਂ ਤੇ ਬਹੁਤ ਸਾਰੀਆਂ ਇਹੋ ਜਿਹੀਆਂ ਦਰਖਾਸਤਾਂ ਇਹੋ ਜਿਹੀਆਂ ਸ਼ਿਕਾਇਤਾਂ ਪਹੁੰਚਦੀਆਂ ਰਹਿੰਦੀਆਂ ਨੇ ਕਿ ਫਲਾਨਾ ਬੰਦਾ ਭਾਈ ਉਹ ਝਾਲੀ ਸਰਟੀਫਿਕੇਟਾਂ ਤੇ ਲੱਗਿਆ ਠਮਕਾ ਬੰਦਾ ਝਾਲੀ ਸਰਟੀਫਿਕੇਟਾਂ ਤੇ ਲੱਗਿਆ ਫਿਰ ਉਹਦੀ ਉਹ ਜਾਂਚ ਪੜਤਾਲ ਕਰਨ ਲਈ ਅੱਗੇ ਸਬੰਧਤ ਵਿਭਾਗ ਨੂੰ ਉਹ ਭੇਜਦੇ ਨੇ ਵੀ ਇਹਦੀ ਜੀ ਪੜਤਾਲ ਕਰੋ ਜੀ ਤਾਂ ਉਹਨਾਂ ਨੇ ਕਿਹਾ ਜਥੇਬੰਦੀ ਦੇ ਨੁਮਾਇੰਦਿਆਂ ਨੇ ਕਿਹਾ ਸੂਤਰਾ ਨੇ ਕਿ ਸਾਡੇ ਕੋਲੇ ਸ਼ਿਕਾਇਤ ਲੰਬੇ ਟਾਈਮ ਤੋਂ ਪਹੁੰਚੀ ਸੀ ਜੀ ਇਹਦੀ ਜਿਹੜੀ ਹੈਗੀ ਜਾਂਚ ਚੱਲ ਰਹੀ ਸੀ ਜੀ ਤਾਂ ਉਹਨਾਂ ਨੇ ਕਿਹਾ ਕਿ ਇਹ ਸਰਾਸਰ ਸਿੱਧਾ ਹੀ ਇੱਕ ਤਰ੍ਹਾਂ ਦਾ ਫਰਾਉਡ ਆ ਸਿੱਧਾ ਹੀ ਧੋਖੇਬਾਜੀ ਆ ਜੀ ਸਿੱਧਾ ਹੀ ਜਿਹੜਾ ਹੈਗਾਗਾ ਉਹਨਾਂ ਨੇ 420 ਤਰੀਕੇ ਨਾਲ ਆਪਦਾ ਜਾਲੀ ਸਰਟੀਫਿਕੇਟ ਬਣਾ ਕੇ ਨੌਕਰੀ ਪ੍ਰਾਪਤ ਕਰਕੇ ਅੱਗੇ ਆਪਦੇ ਸਾਰੇ ਆਨੰਦ ਮਾਣੇ ਨੀ ਨੌਕਰੀ ਦੀ ਇੱਥੋਂ ਤੱਕ ਵੀ ਇਲਜ਼ਾਮ ਲਾਇਆ ਵੀ ਜਿਹੜੇ ਅਮਰਤਮਾਨ ਦੇ ਚਾਚਾ ਨੇ ਗੁਰਪ੍ਰੀਤਪਾਲ ਸਿੰਘ ਹੂੰ ਉਹ ਵੀ ਇੱਕ ਉਹ ਵਿਭਾਗ ਦੇ ਵਿੱਚ ਕਰਦੇ ਨੇ ਨੌਕਰੀ ਹੂੰ ਤਾਂ ਉਹਨਾਂ ਨੇ ਸ਼ੰਕਾ ਜਤਾਈ ਆ ਹਲੇ ਪੱਕਾ ਨਹੀਂ ਉਹਨਾਂ ਨੇ ਇਹ ਨਹੀਂ ਕਿਹਾ ਵੀ ਅਸੀਂ ਇੱਕ ਦੇ ਜੋਰ ਤੇ ਠੋਕ ਕੇ ਕਹਿੰਦੇ ਆ ਸ਼ੰਕਾ ਜਤਾਈ ਆ ਵੀ ਹੋ ਸਕਦਾ ਉਹ ਵੀ ਜਾਲੀ ਸਰਟੀਫਿਕੇਟ ਦੇ ਆਧਾਰ ਤੇ ਕਿਵੇਂ ਨਾ ਕਿਵੇਂ ਲੱਗੇ ਹੋਣ ਜੀ ਤਾਂ ਹੁਣ ਜਦੋਂ ਇਸ ਮਾਮਲੇ ਇਹ ਮਾਮਲਾ ਇੰਨਾ ਤਪ ਗਿਆ ਮੀਡੀਆ 'ਚ ਇੰਨਾ ਜ਼ਿਆਦਾ ਹੋ ਹੋ ਗਿਆ ਉਹਨਾਂ ਦੇ ਜਿਹੜੇ ਹੈਗੇ ਆ ਅਮਰਤਮਾਨ ਦੇ ਪਿਤਾ ਵੱਲੋਂ ਉਹਨਾਂ ਦੇ ਪਰਿਵਾਰ ਵੱਲੋਂ ਜਿਹੜਾ ਪੱਖ ਆਇਆ ਉਹ ਕਹਿੰਦੇ ਕਿ ਜੀ ਇਸ ਤਰ੍ਹਾਂ ਦੀ ਕੋਈ ਗੱਲ ਠੀਕ ਅਸੀਂ ਕੋਈ ਜਾਲੀ ਸਰਟੀਫਿਕੇਟ ਬਣਾਇਆ ਬਸ ਅਸੀਂ ਜਦੋਂ ਉਹ ਕਰਨਾ ਸੀਗਾ ਨੌਕਰੀ ਲੈਣੀ ਸੀ ਉਦੋਂ ਕਿਤੇ ਕਲੈਰੀਕਲ ਮਿਸਟੇਕ ਹੋ ਗਈ ਜੀ ਕਲੈਰੀਕਲ ਮਿਸਟੇਕ ਹੁੰਦੀ ਆ ਪਰਮਿੰਦਰ ਜਦੋਂ ਆਪਾਂ ਕਾਗਜ਼ ਕਿਤੇ ਜਮਾ ਕਰਾਉਣੀ ਆ ਇਹ ਸਰਬਜੀਤ ਦਾ ਪ੍ਰਤੀਕਰਮ ਆ ਉਹਨਾਂ ਦਾ ਹਾਂ ਇਹ ਸਰਬਜੀਤ ਸਿੰਘ ਦਾ ਪ੍ਰਤੀਕਰਮ ਆ ਕਲੈਰੀਕਲ ਮਿਸਟੇਕ ਅੱਜਕੱਲ ਇੱਕ ਆਮ ਸ਼ਬਦ ਹੋ ਗਿਆ ਹਮ ਯੂਨੀਵਰਸਟੀਆਂ ਚ ਵੀ ਆਪਾਂ ਜਾਣਦੇ ਆ ਹੋਰ ਡਿਪਾਰਟਮੈਂਟਾਂ ਚ ਵੀ ਜਾਣਦੇ ਆ ਆਪਣੇ ਕਾਗਜ਼ਾਂ ਚ ਕੋਈ ਪਿਤਾ ਦਾ ਨਾਮ ਗਲਤ ਹੋ ਜਾਂਦਾ ਮਾਤਾ ਦਾ ਨਾਮ ਗਲਤ ਹੋ ਜਾਂਦਾ ਬਰਥਡੇਟ ਗਲਤ ਹੋ ਜਾਂਦੀ ਆ ਤਾਂ ਉੱਥੇ ਕਲਰਕਾਂ ਦਾ ਜਿਹੜੇ ਕਲਰਕ ਬਾਬੂ ਹੁੰਦੇ ਆ ਹਾਂ ਹਣਾ ਉਹਨਾਂ ਦਾ ਕੀ ਪ੍ਰਤੀਕਰਮ ਹੁੰਦਾ ਮਾਫੀ ਚਾਉਣੀ ਹੈ ਜੀ ਕਲੈਰੀਕਲ ਮਿਸਟੇਕ ਹੋ ਗਈ ਜੀ ਇਹ ਜਿਹੜਾ ਕਲੈਰੀਕਲ ਮਿਸਟੇਕ ਸ਼ਬਦ ਆ ਨਾ ਜੀ ਇਹਨੇ ਦੇਖੋ ਇੱਕ ਕਿੱਡੇ ਵੱਡੇ ਇੱਕ ਐਸਸੀ ਭਾਈਚਾਰੇ ਦੇ ਬੰਦੇ ਦਾ ਹੱਕ ਖੋਲਿਆ ਹਾਂ ਮੰਨ ਲਓ ਸਰਬਜੀਤ ਸਿੰਘ ਜਿਹੜਾ ਹਵਾਲਾ ਦਿੰਦਾ ਕਿ ਜੀ ਸਾਡੇ ਤੋਂ ਉਹ ਉੱਥੇ ਟਾਈਪ ਕਰਨ ਵੇਲੇ ਜਿੱਥੇ ਅਸੀਂ ਆਪਦੀ ਜਾਤ ਟਾਈਪ ਕਰਨੀ ਸੀ ਜੱਟ ਸਿੱਖ ਲਿਖਣਾ ਸੀ ਜਾਂ ਜੋ ਵੀ ਠੀਕਾਣਾ ਉੱਥੇ ਉਹਨਾਂ ਤੋਂ ਐਸਸੀ ਵਰਗ ਲਿਖਿਆ ਗਿਆ ਇਹ ਤਾਂ ਜੀ ਉਹਨਾਂ ਦੀ ਗਲਤੀ ਹੈ ਹਮ ਹੁਣ ਪੱਤਰਕਾਰ ਨੇ ਪੁੱਛਿਆ ਆਪਣੇ ਸਾਥੀ ਨੇ ਕਿਸੇ ਨੇ ਵੀ ਜੇ ਚਲੋ ਕਲੈਰਿਕਲ ਮਿਸਟੇਕ ਉੱਥੇ ਹੋ ਗਈ ਤੁਸੀਂ ਅੱਗੇ ਜਾ ਕੇ ਜੁਆਇਨ ਕੀਤਾ ਹੁਣ ਸਕੂਲ ਦੇ ਵਿੱਚ ਬਿਲਕੁਲ ਹੈਨਾ ਉਸ ਤੋਂ ਬਾਅਦ ਤੁਹਾਡੀਆਂ ਬਦਲੀਆਂ ਵੀ ਹੁੰਦੀਆਂ ਰਹੀਆਂ ਹੋਣਗੀਆਂ ਬਿਲਕੁਲ ਠਿਕਣਾ ਜਿੱਥੇ ਵੀ ਜਾਂਦੇ ਹੋਵੋਗੇ ਉੱਥੇ ਰਜਿਸਟਰ ਤੇ ਜਿੱਥੇ ਸਾਰਾ ਇੱਕ ਅਧਿਆਪਕ ਦਾ ਖਰੜਾ ਸਾਂਭਿਆ ਜਾਂਦਾ ਇੱਕ ਮੁਲਾਜ਼ਮ ਦਾ ਖਰੜਾ ਸਾਂਭਿਆ ਜਾਂਦਾ ਵੀ ਉੱਥੇ ਵੀ ਨੋਟ ਹੁੰਦਾ ਹੋਊਗਾ ਵੀ ਕੌਣ ਆ ਭਾਈ ਕਿੱਥੋਂ ਆਏ ਕਿਹੜੇ ਪਿੰਡੋਂ ਕਿਹੜੇ ਕਿਹੜੀ ਕੈਟਾਗਰੀ ਚ ਆਇਆ ਹਾਂ ਕੈਟਾਗਰੀ ਸਕੂਲਾਂ ਦੇ ਵਿੱਚ ਵੀ ਹੁਣ ਦੇਖੋ ਬੱਚਿਆਂ ਦੀਆਂ ਅਲੱਗ-ਅਲੱਗ ਕੈਟ ਹਾਂਜੀ ਜੱਟ ਸਿੱਖੋਂ ਹਾਂਜੀ ਤੁਸੀਂ ਬ੍ਰਾਹਮਣੋਂ ਹਾਂਜੀ ਤੁਸੀਂ ਕਿਹੜੀ ਕੈਟਾਗਰੀ ਤੋਂ ਮਤਲਬ ਸਾਰੀਆਂ ਨੇ ਕੈਟਾਗਰੀਆਂ ਲਿਖੀਆਂ ਜਾਂਦੀਆਂ ਹਮ ਤਾਂ ਉਹਨਾਂ ਦੀਆਂ ਵੀ ਲਿਖੀਆਂ ਗਈਆਂ ਹੋਣਗੀਆਂ ਹਮ ਉਸ ਵੇਲੇ ਤਾਂ ਭਾਈ ਇਹ ਤੁਸੀਂ ਉਹ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਸਬੂਤ ਦੇਵਾਂਗੇ ਸਰਬਜੀਤ ਸਿੰਘ ਕਹਿੰਦੇ ਹਮ ਇਸ ਦਾ ਸਬੂਤ ਦੇਵਾਂਗੇ ਵੀ ਕਲੈਰੀਕਲ ਮਿਸਟੇਕ ਹੋਈ ਆ ਤਾਂ ਕਹਿੰਦੇ ਉਹਨਾਂ ਨੇ ਜਦੋਂ ਕਿਹਾ ਵੀ ਭਾਈ ਸਕੂਲ ਚੋਂ ਖਰੜਾ ਕਿਤੇ ਕੱਢ ਲਿਓ ਕਿਤੇ ਤਾਂ ਕਿਤੇ ਤਾਂ ਹੋਊਗਾ ਤੁਹਾਡਾ ਵੀ ਤੁਸੀਂ ਜਰਨਲੋਂ ਉੱਥੇ ਉਹਨਾਂ ਨੇ ਜਿਹੜਾ ਹੈਗਾ ਪਾਣੀ ਚ ਮਧਾਣੀ ਜੀ ਪਾ ਕੇ ਗੋਲ ਮੋਲ ਗੱਲ ਕਰਤੀ ਬਿਲਕੁਲ ਬਿਲਕੁਲ ਪਰ ਹਰਜਿੰਦਰ ਉਹਦੇ ਵਿੱਚ ਹੁਣ ਕਹਿੰਦੇ ਜਦੋਂ ਮੈਂ ਕੱਲ ਕਿਸੇ ਇੱਕ ਬੰਦੇ ਦੀ ਇੰਟਰਵਿਊ ਕੀਤੀ ਉਸ ਵਿਅਕਤੀ ਦੀ ਤੇ ਅਵਤਾਰ ਸਿੰਘ ਸੋਹਤਾ ਨੇ ਜਿਹੜਾ ਇਹ ਸਾਰਾ ਪੇਸ਼ਕਸ਼ ਕੀਤਾ ਲੈ ਕੇ ਉਹ ਕਹਿੰਦੇ ਵੀ ਸਾਡੀ ਜਿਹੜੀ ਮੀਟਿੰਗ ਹੋਣੀ ਹੈ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੂੰ 9 ਤਰੀਕ ਨੂੰ ਤੇ ਹੁਣ ਇਹਦੇ ਜਿਹੜੀ ਤਫ਼ਤੀਸ਼ ਹੈ ਉਹ ਵੀ ਕਹਿੰਦੇ ਤੇਜ਼ ਹੋਗੀ ਬਿਲਕੁਲ ਤੇ ਕਾਰਵਾਈ ਵੀ ਹੋਵੇਗੀ ਤੇ ਦੂਜੇ ਪਾਸੇ ਜੇ ਆਪਾਂ ਗੱਲਬਾਤ ਕਰਦੇ ਆਂ ਅਮਰਤਮਾਨ ਬਾਰੇ ਦੇਖੋ ਅਮਰਤਮਾਨ ਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਸੀ ਅਮਰਤਮਾਨ ਦੇ ਪਿਤਾ ਤਾਂ ਮਸ਼ਹੂਰ ਹੋ ਗਏ ਕਿ ਉਹ ਅਮਰਤਮਾਨ ਦੇ ਪਿਤਾ ਹੈ ਜੇ ਤੁਸੀਂ ਹਰਜਿੰਦਰ ਸਿੰਘ ਜੀ ਕੱਲ ਹੋਰ ਨੋਟ ਕਰੋ ਜੇ ਕਿਤੇ ਅਮਰਤਮਾਨ ਦੇ ਪਿਤਾਏ ਨਾ ਹੁੰਦੇ ਜਾਂ ਅਮਰਤਪਾਲ ਅਮਰਤ ਜਿਹੜਾ ਮਾਨ ਹੈ ਉਹ ਇਸ ਇਸ ਦੇ ਨਾਲ ਕੋਈ ਸੰਬੰਧ ਨਾ ਹੁੰਦਾ ਤਾਂ ਸ਼ਾਇਦ ਇਹ ਓਡਾ ਮੁੱਦਾ ਬਣਨਾ ਹੀ ਨਹੀਂ ਸੀ ਤੇ ਜਿੱਨਾ ਕਿ ਹੁਣ ਇਹ ਬਣ ਗਿਆ ਪਰਮਿੰਦਰ ਤੁਹਾਡੀ ਪਹਿਲੀ ਗੱਲ ਦਾ ਜਵਾਬ ਕਿ ਭਗਵੰਤ ਮਾਨ ਨਾਲ ਉਹਨਾਂ ਨੇ ਰਾਬਤਾ ਕੀਤਾ ਤੇ ਇਸ ਮਸਲੇ ਨੇ ਤੇਜ਼ੀ ਵੀ ਫੜੀ ਆ ਕੋਈ ਦੋ ਰੈ ਨਹੀਂ ਕਿ ਅਗਰ ਭਗਵੰਤ ਮਾਨ ਸਾਹਿਬ ਨੇ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ਨੂੰ ਪੂਰੀ ਡੂੰਘਾਈ ਤੌਰ ਤੇ ਸਾਫ਼ ਤਰੀਕੇ ਨਾਲ ਸਾਫ਼ ਨੀਅਤਾਂ ਨਾਲ ਇਸ ਦੀ ਜਾਂਚ ਹੋਊਗੀ ਤਾਂ ਸਹੀ ਗੱਲ ਆ ਇਹ ਇਸ ਗੱਲ ਤੇ ਸਾਨੂੰ ਮਾਨ ਕਰਨਾ ਚਾਹੀਦਾ ਵੀ ਉਹ ਸਹੀ ਮਾਮਲੇ ਦੀ ਜਾਂਚ ਕਰਨਗੇ ਔਰ ਕਰਨੀ ਵੀ ਬਣਦੀ ਆ ਠੀਕ ਹੈ ਨਾ ਜੇਕਰ ਦੋਸ਼ੀ ਪਾਈ ਜਾਂਦੇ ਆ ਤਾਂ ਜਿੰਨੇ ਸਾਲ ਉਹਨਾਂ ਨੇ ਸਰਵਿਸ ਕੀਤੀ ਇਹ ਮੇਰਾ ਆਪਣਾ ਨਿੱਜੀ ਵਿਚਾਰ ਆ ਵੀ ਜੇਕਰ ਉਸ ਬੰਦੇ ਨੇ ਗਲਤ ਸਰਟੀਫਿਕੇਟ ਹੁਲਾਕੇ ਜਿੰਨੇ ਸਾਲ ਸਰਵਿਸ ਕੀਤੀ ਜੋ ਉਹਨੂੰ ਰਿਟਾਇਰਮੈਂਟ ਤੇ ਫੰਡ ਮਿਲਿਆ ਉਹ ਸਾਰਾ ਵਾਪਸ ਹੋਣਾ ਚਾਹੀਦਾ ਸਰਕਾਰ ਦੇ ਸਰਕਾਰ ਦੇ ਖਾਤੇ ਚ ਜਾਣਾ ਚਾਹੀਦਾ ਠੀਕ ਹੈ ਨਾ ਤਾਂ ਦੂਸਰੀ ਗੱਲ ਤੁਸੀਂ ਕਿਹਾ ਕਿ ਜੇ ਉਹ ਅਮਰਤਮਾਨ ਦੇ ਪਿਤਾ ਨਾ ਹੁੰਦੇ ਬਿਲਕੁਲ ਸਹਿਮਤ ਹਾਂ ਅੱਜ ਦੇ ਟਾਈਮ ਦੇ ਵਿੱਚ ਇੱਕ ਬੰਦੇ ਦਾ ਸੋਸ਼ਲ ਮੀਡੀਆ ਤੇ ਕਿਹੜੇ ਦਾ ਮੁੱਦਾ ਉੱਠਦਾਗਾ ਜਿਹੜੇ ਬੰਦੇ ਦੇ ਨਾਲ ਕਿਸੇ ਪ੍ਰੋਮਿਨੈਂਟ ਪਰਸਨੈਲਿਟੀ ਦਾ ਨਾਮ ਜੁੜਿਆ ਹੋਇਆ ਹੈ ਬਿਲਕੁਲ ਜੀਦੀ ਫੈਨਫੋਲਿੰਗ ਕਹਿ ਲਓ ਜਿਹਦਾ ਇੱਕ ਖੇਤਰ ਦੇ ਵਿੱਚ ਵੱਡਾ ਨਾਮ ਹੈ ਹੈਨਾ ਤੁਸੀਂ ਮੈਂ ਆਪਾਂ ਜਾਂਦੇ ਹੋਏ ਇਥੇ ਸੜਕ ਤੇ ਕੋਈ ਮਰਜ਼ੀ ਘਟਨਾ ਕਰ ਦੀਏ ਆਪਾਂ ਕਿੱਡਾ ਮਰਜ਼ੀ ਫਰਾਉਡ ਕਰ ਦੀਏ ਬਦ ਤੋਂ ਬਦ ਆਪਣੇ ਤੇ ਇਥੇ ਤਲਵੰਡੀ ਸਾਬੋ ਜਾਂ ਬਠਿੰਡੇ ਕਿਤੇ ਪਰਚਾ ਹੋ ਜਾਊਗਾ ਥੋੜਾ ਕਚਰਾ ਆਪਾਂ ਉਦੋਂ ਵਾਰਾਫਾ ਦਫਾ ਹੋ ਕੇ ਆਪਾਂ ਉਦਾਂ ਹੀ ਸਮਾਜ ਚ ਤੁਰੇ ਫਿਰਾਂਗੇ ਜੀ ਜੀ ਠੀਕ ਹੈ ਨਾ ਪਰ ਉਹ ਪਰਸਨੈਲਿਟੀ ਛੋਟੀ ਨਹੀਂ ਹੈ ਬਿਲਕੁਲ ਅਮਰਤਮਾਨ ਦਾ ਤਾਂ ਇਹਦੇ ਵਿੱਚ ਮੈਂ ਦੋਸ਼ੀ ਵੀ ਨਹੀਂ ਮੰਨਦਾ ਦੇਖੋ ਅਮਰਤਮਾਨ ਦਾ ਤਾਂ ਉਸ ਵੇਲੇ ਜਨਮ ਵੀ ਨਹੀਂ ਹੋਇਆ ਹੋਣਾ ਕਿਉਂਕਿ ਅਮਰਤਮਾਨ ਦੇ ਉੱਤੇ ਜਿਸ ਤਰੀਕੇ ਦੇ ਨਾਲ ਗੱਲਾਂ ਕੀਤੀ ਆ ਰਹੀਆਂ ਨੇ ਅਮਰਤ ਮਾਨ ਦਾ ਤਾਂ ਮੈਨੂੰ ਲੱਗਦਾ ਇਸ ਗੱਲ ਨਾਲ ਕੋਈ ਸੰਬੰਧ ਵੀ ਨਹੀਂ ਹੁਣ ਅਸਲ ਦੇ ਵਿੱਚ ਅਮਰਤ ਮਾਨ ਦਾ ਕੋਈ ਕਸੂਰ ਨਹੀਂ ਜਦੋਂ ਇਹ ਘਟਨਾ ਕਰਮ ਹੋਇਆ ਹੁਣ ਜਦੋਂ ਇਹ ਗੱਲ ਹੋਈ ਹੋਣੀ ਹੈ ਉਦੋਂ ਸ਼ਾਇਦ ਅਮਰਤ ਦਾ ਜਨਮ ਵੀ ਨਾ ਹੋਇਆ ਹੋਵੇ ਠੀਕ ਹੈ ਨਾ ਤਾਂ ਅਮਰਤਮਾਨ ਤੇ ਜਿਹੜੇ ਤੰਜ ਕਸੇ ਜਾ ਰਹੇ ਨੇ ਜਾਂ ਅਮਰਤਮਾਨ ਤੇ ਜਿਹੜਾ ਵਿਅੰਗ ਹੋ ਰਿਹਾ ਟੌਟ ਮਾਰੇ ਜਾ ਰਹੇ ਨੇ ਉਹਦਾ ਇੱਕ ਕਾਰਨ ਮੈਂ ਇਹ ਵੀ ਸਮਝਦਾ ਕਿ ਅਮਰਤਮਾਨ ਦੇ ਜ਼ਿਆਦਾਤਰ ਗੀਤ ਜਿਹੜੇ ਹੈਗੇ ਨੇ ਜੱਟਵਾਦ ਨਾਲ ਜੁੜੇ ਹੋਏ ਨੇ ਠੀਕ ਹੈ ਨਾ ਆਪ ਉਹਨਾਂ ਦੇ ਗੀਤ ਸੁਣਦੇ ਆ ਹਨਾ ਜੱਟ ਆਉਂਦੇ ਨੇ ਜੱਟਾਂ ਦੇ ਨਾਲ ਕੋਲੇ ਖੜਦੇ ਕਹਿੰਦੇ ਪੈਗ ਦੀ ਬਾਸ਼ ਨਾ ਆਉਂਦੀ ਠੀਕ ਹੈ ਨਾ ਜਾਂ ਪਰੇ ਹੋ ਜਾ ਜੱਟ ਜੱਟ ਆਉਂਦੇ ਆ ਹਨਾ ਉਹਦਾ ਵੀ ਉਹ ਉਹਨਾਂ ਦੀ ਸ਼ਬਦਾਵਲੀ ਉਹ ਹੁੰਦੀ ਉਹ ਜੱਟਵਾਦ ਨੂੰ ਜ਼ਿਆਦਾ ਪ੍ਰਮੋਟ ਕਰਦੀ ਹੈ ਬਾਕੀ ਹਜੇ ਹਜੇ ਉਹਨਾਂ ਦਾ ਇਹ ਵੀ ਦੇਖੋ ਹਰਜਿੰਦਰ ਕਾਫੀ ਮੈਂ ਸੋਸ਼ਲ ਮੀਡੀਆ ਟ੍ਰੋਲ ਹਜੇ ਤੱਕ ਇਹ ਤਾਂ ਸਾਨੂੰ ਪਿੰਡ ਦੀ ਨਹੀਂ ਪਤਾ ਕਿਹੜਾ ਪਿੰਡ ਹੈ ਕੋਈ ਖਾਰਾ ਕਹਿ ਰਿਹਾ ਕੋਈ ਗੋਨਿਆਣਾ ਕਹਿ ਰਿਹਾ ਕੋਈ ਗੰਦੜ ਪਿੰਡ ਕਹਿ ਰਿਹਾ ਹਜੇ ਪਿੰਡ ਹੀ ਨਹੀਂ ਕਲੀਅਰ ਹੋ ਰਿਹਾ ਵੀ ਪਿੰਡ ਕਿਹੜਾ ਸੀ ਉਹੀ ਗੱਲ ਹੈ ਨਾ ਵੀ ਇੱਥੇ ਕਿਤੇ ਨਾ ਕਿਤੇ ਦੇਖੋ ਤਾੜੀ ਇੱਕ ਹੱਥ ਨਾਲ ਤਵਾਜਦੇ ਨਹੀਂ ਹੂੰ ਠੀਕ ਹੈ ਨਾ ਉਹ ਜਿਕੇ ਤੇ ਆਪਦੀ ਸਫਾਈ ਦੇ ਰਹੇ ਆ ਵੀ ਕਲੈਰੀਕਲ ਮਿਸਟੇਕ ਹੋਈ ਆ ਤਾਂ ਭਾਈ ਤੁਸੀਂ ਆਪਦਾ ਸਾਰਾ ਰਿਕਾਰਡ ਲਿਆ ਕੇ ਸਾਹਮਣੇ ਧਰ ਦਿਓ ਆ ਸਾਡਾ ਪਿੰਡ ਆ ਸਾਡਾ ਜ਼ਿਲ੍ਹਾ ਆਹਾਹਾ ਸਾਡਾ ਪਿਛਲਾ ਕੁਰਸੀਨਾਮਾ ਹੂੰ ਠੀਕ ਹੈ ਨਾ ਤਾਂ ਇੱਥੇ ਕਿਤੇ ਨਾ ਕਿਤੇ ਹੋ ਸਕਦਾ ਹੈ ਕੋਈ ਅੰਦਰੋਂ ਕੁਝ ਗੋਲ ਮੋਲ ਕਰਨ ਦੀ ਕੋਸ਼ਿਸ਼ ਕਰਨ ਕੁਝ ਵੀ ਹੋ ਸਕਦਾ ਹੁੰਦਾ ਹੈਗਾ ਹੁਣ ਕੁਦਰਤੀ ਹੈ ਅਗਲੇ ਨੇ ਚਲੋ ਸਫਾਈਆਂ ਉਹ ਵੀ ਦੇਣਗੇ ਠੀਕ ਹਨ ਪਰ ਇੱਥੇ ਇਸ ਮਾਮਲੇ ਦੀ ਮੈਂ ਚਾਹਨਾਗਾ ਜਾਂਚ ਸਾਫਨਿਅਤ ਨਾਲ ਡੂੰਘਾਈ ਤੋਂ ਹੋਣੀ ਬਣਦੀ ਹੈ ਕਿਉਂਕਿ ਇਹ ਮਾਮਲਾ ਸਿਰਫ ਕੱਲਾ ਨੌਕਰੀ ਤੱਕ ਸੀਮਿਤ ਨਹੀਂ ਇਹ ਮਾਮਲਾ ਇੱਕ ਵਰਗ ਦੇ ਇੱਕ ਕਿਸੇ ਕੈਂਡੀਡੇਟ ਦੇ ਸਾਰੀ ਉਮਰ ਦਾ ਹੱਕ ਖਾਣਦਾ ਹੈ ਹੈਨਾ ਉਹਦਾ ਹੱਕ ਖੋਹ ਲਿਆ ਗਿਆ ਮੈਂ ਹਾਲਾਂਕਿ ਤੁਸੀਂ ਦੇਖੋ ਅੱਜ ਦੇ ਟਾਈਮ 'ਚ ਜਾਂ ਉਸ ਵੇਲੇ ਵੀ ਰੋਜ਼ਗਾਰ ਦਾ ਤੇਹੀ ਹਾਲ ਹੁੰਦਾ ਸੀ ਮਾੜਾ ਹਾਲ ਹੁੰਦਾ ਸੀ ਰੋਜ਼ਗਾਰ ਲੈਣਾ ਬਹੁਤ ਔਖਾ ਇੱਥੇ ਮੈਂ ਥੋੜੀ ਜੀ ਇੱਕ ਹੋਰ ਗੱਲ ਥੋੜੇ ਨਾਲ ਸਾਂਝੀ ਕਰਨੀ ਚਾਹੁੰਦਾ ਤੁਸੀਂ ਕਿਹਾ ਸੀਗਾ ਵੀ ਅਮਰਤ ਮਾਨ ਕਰਕੇ ਫੇਮਸ ਹੋਗੇ ਪਟਿਆਲਾ ਯੂਨੀਵਰਸਿਟੀ ਦੇ ਵਿੱਚ ਪਿੱਛੇ ਜਿਹਾ ਇੱਕ ਬੜਾ ਸਾਹਮਣੇ ਆਇਆ ਸੀ ਮਾਮਲਾ ਕਿ ਉੱਥੇ ਬਹੁਤ ਸਾਰੇ ਉੱਥੇ ਵੀ ਬਹੁਤ ਸਾਰੇ ਲੋਕ ਜਾਲੀ ਸਰਟੀਫਿਕੇਟ ਬਣਾ ਕੇ ਕੁਰਸੀਆਂ ਤੇ ਬੈਠੇ ਹੋਏ ਨੇ ਠੀਕ ਹੈ ਨਾ ਕਿਸੇ ਨੇ ਕਿਸ ਤਰ੍ਹਾਂ ਆਪਦਾ ਜਗਾੜ ਲਾਇਆ ਹੋ ਕਿਸੇ ਨੇ ਕਿਸ ਤਰ੍ਹਾਂ ਉੱਥੇ ਇੱਕ ਨਾ ਮਤਲਬ ਕਿ ਇੱਕ ਡਿਪਾਰਟਮੈਂਟ ਆ ਹੂੰ ਮੈਂ ਕਿਸੇ ਸਾਥੀ ਦੀ ਜਥੇਬੰਦੀ ਵਾਲੇ ਸਾਥੀ ਦੀ ਜਿਨ੍ਹਾਂ ਨੇ ਇਹ ਸਾਰੇ ਮਾਮਲੇ ਨੂੰ ਉਠਾਇਆ ਸੀ ਉਹਦੀ ਗੱਲਬਾਤ ਸੁਣ ਰਿਹਾ ਸੀ ਉਹਨੇ ਇਹ ਖੁਲਾਸਾ ਕੀਤਾ ਕਹਿੰਦਾ ਇੱਕ ਡਿਪਾਰਟਮੈਂਟ ਨੂੰ ਭਾਬੀਆਂ ਦਾ ਡਿਪਾਰਟਮੈਂਟ ਕਿਹਾ ਜਾਂਦਾ ਅੱਛਾ ਮਤਲਬ ਭਾਬੀਆਂ ਦੇ ਡਿਪਾਰਟਮੈਂਟ ਤੋਂ ਕੀ ਮਤਲਬ ਜਿੰਨੇ ਉੱਥੇ ਵੱਡੇ ਕਰਮਚਾਰੀ ਪ੍ਰੋਫੈਸਰ ਹੋਰ ਟੀਚਿੰਗ ਨੌਨ ਟੀਚਿੰਗ ਵਾਲੇ ਉੱਥੇ ਜੋਬ ਕਰਦੇ ਆ ਉਹਨਾਂ ਨੇ ਸਾਰਿਆਂ ਨੇ ਆਪਦੇ ਨੇ ਕਿਸੇ ਨੇ ਆਪਦੇ ਕੋਈ ਭੈਣ ਕਿਸੇ ਨੇ ਪਰਜਾਈ ਕਿਸੇ ਨੇ ਚਾਚੇ ਤਾਈ ਦੀ ਨੂੰ ਕਿਸੇ ਨੇ ਹੋਰ ਮਤਲਬ ਕਿ ਸਾਰਿਆਂ ਨੇ ਆਪਣੀਆਂ ਪਰਝਾਈਆਂ ਉਥੇ ਲਾ ਰੱਖੀਆਂ ਨੇ ਮਤਲਬ ਉਹਨਾਂ ਨੇ ਉਹਨਾਂ ਨੇ ਇੱਕ ਬਿਆੰਗ ਬਣਾ ਲਿਆ ਵੀ ਤਾਂ ਪਰਝਾਈਆਂ ਦਾ ਡਿਪਾਰਟਮੈਂਟ ਆ ਮਤਲਬ ਮੈਨੂੰ ਲੱਗਦਾ ਤੁਸੀਂ ਵੀ ਤੁਰੇ ਫਿਰਦੇ ਸਮਾਜ ਦੇ ਵਿੱਚ ਵੇਖਦੇ ਹੋ ਕਿ ਹਰ ਕੋਈ ਬੰਦਾ ਕੋਸ਼ਿਸ਼ ਕਰਦਾ ਹੁੰਦਾ ਅੱਜ ਜੇ ਕਿਤੇ ਮੇਰਾ ਹੱਥ ਪੈਂਦਾ ਹੋਵੇ ਸਰਕਾਰ ਚ ਜਿਗਾੜ ਲੱਗਦਾ ਉਹ ਵੀ 4 ਪੈਸਿਆਂ ਨਾਲ ਤਾਂ ਮੈਂ ਵੀ ਕਰੂੰਗਾ ਵੀ ਯਾਰ ਕਿਵੇਂ ਨਾ ਕਿਵੇਂ ਕਰਕੇ ਕੋਈ ਘਾਟ ਆਮਦਨੀ ਵਾਲਾ ਸਰਟੀਫਿਕੇਟ ਬਣਾ ਲਵੋ ਕੋਈ ਬੈਕਵਾਰਡ ਏਰੀਆ ਦਾ ਬਣਵਾ ਲਵੋ ਯਾਰ ਤੇ ਮਾੜਾ ਮੋਟਾ ਛਰੀਟ ਮਾਰੇ ਤੋਂ ਐਮਐਲਏ ਦੀ ਮੜਾ ਜਾ ਆਪਣਾ ਜਾਤੀ ਵਾਲਾ ਵੀ ਬਣ ਜੇ ਤਾਂ ਵਧੀਆ ਗੱਲ ਹੈ ਰੂਮਰ ਜੀ ਟੱਪੀ ਜਾਂਦੀ ਆ ਨੌਕਰੀ ਤੇ ਲੱਗ ਜੇ ਬਹੁਤ ਚਕਾਉਣ ਪੁੱਛਦਾ ਜਦੋਂ ਪੁੱਛਣਗੇ ਆਪਾਂ ਕੋਈ ਗੱਲ ਨਹੀਂ ਦੇਖਣਾ ਹਾਂ ਹਰ ਕੋਈ ਜਿਗਾੜ ਲਾਉਂਦਾ ਹਰ ਕੋਈ ਚੋਰ ਹੈ ਉਹ ਕਹਿੰਦੇ ਉਹ ਚੋਰ ਉਹ ਚੋਰ ਉਹ ਚੋਰ ਨਹੀਂ ਹੈ ਜਿਹਨਾਂ ਜਰ ਫੜਿਆ ਨਹੀਂ ਗਿਆ ਜਦੋਂ ਫੜਿਆ ਗਿਆ ਚੋਰ ਆ ਹੂੰ ਠੀਕ ਹੈ ਨਾ ਹੁਣ ਜੋ ਫੜਿਆ ਗਿਆ ਚੋਰ ਆ ਤੇ ਕੁਰਸੀਆਂ ਤੇ ਤਾਂ ਹੋਰ ਵੀ ਬਹੁਤ ਬੈਠੇ ਹੋਣਗੇ ਜੇ ਪੂਰੀ ਡੰਗਾਈ ਤੋਂ ਇਹਦੀ ਜਾਂਚ ਕੀਤੀ ਜਾਵੇ ਚਲੋ ਉਹ ਕਹਿੰਦੇ ਅਸੀਂ ਮੂਰੇ ਲੈ ਕੇ ਵੀ ਆਵਾਂਗੇ ਅੱਗੇ ਹਜੇ ਹੋਰ ਵੀ ਕਹਿੰਦੇ ਖਲਾਸੇ ਕਰਾਂਗੇ ਕੱਲ ਮੈਂ ਹਰਤਾ ਸਿੰਘ ਸੋਹਤ ਨੂੰ ਮਿਲਿਆ ਉਹ ਕਹਿੰਦੇ ਸਾਡੀ ਜਿਹੜੀ ਲੜਾਈ ਉਹ ਜਾਰੀ ਰਹੂਗੀ ਬਿਲਕੁਲ ਇੱਕ ਹਰਜਿੰਦਰ ਮੈਂ ਥੋੜਾ ਹੁਣ ਦੂਜੇ ਪਾਸੇ ਲੈ ਜੀਏ ਹੂੰ ਰਾਜਨੀਤਿਕ ਮੁੱਦੇ ਵਾਲੀ ਗੱਲ ਵੀ ਕਰ ਲਗੇ ਕਿਉਂਕਿ ਮੈਂ ਕਹਿੰਦਾ ਸੀਗਾ ਵੀ ਆਪਾਂ ਨਾ ਬੜੇ ਦਿਨਾਂ ਦੇ ਰਾਜਨੀਤਿਕ ਮੁੱਦੇ ਹੋ ਗਏ ਆ ਨਹੀਂ ਇੱਕ ਹੋਰ ਨਾ ਨਹੀਂ ਮੈਂ ਕਹਿੰਦਾ ਸੀ ਨਾ ਜੇ ਤਾਂ ਹੁਣ ਆਪਣੇ ਘਰਾਂ 'ਚ ਕੋਈ ਆਣ ਗਵਾੜ ਤਾ ਪਰ 아이 ਨਾਮ ਕਰਵਾ ਦਿੰਦੇ ਕਿ ਭਾਈ ਤੂੰ ਨਹੀਂ ਬੋਲਣਾ ਹੁਣ ਇਹਨਾਂ ਦਾ ਇਨਾਮ ਕਰਾਂ ਕੌਣ ਕਰਾਉਣ ਜਾਊ ਇਹਦਾ ਰੋਜ ਫਿਰ ਅੱਜ ਫੇਰ ਹੋਗੀ ਇਹ ਤਾਂ ਹੁਣ ਪਿਓ ਬਾਪੂਆਂ ਦੇ ਵਿਆਹ ਤੇ ਉਤਰੇ ਆ ਅੱਜ ਫੇਰ ਜੇ ਬਾਅਦ ਬੀਬੀ ਨਵਜੋਤ ਘਰ ਸਿੱਧੂ ਜਿਹੜੀ ਹੋਊਗੀ ਉਹ ਵੀ ਸਿੱਧੂ ਸਾਹਿਬ ਵੀ ਸਿੱਧੀ ਹੋਗੀ ਭਵੰਤਮਨ ਨੂੰ ਕਹਿੰਦੇ ਜੀ ਤੁਸੀਂ ਮੜਾ ਜੱਜ ਉਹਨੂੰ ਚੁੱਪ ਕਰਾਇਆ ਨਵਜੋਤ ਸਿੰਘ ਸਿੱਧੂ ਦਾ ਵੀ ਬਿਆਨ ਆ ਗਿਆ ਕਹਿੰਦਾ ਪੰਜਾਬ ਕਿਹਨੇ ਲੁੱਟਿਆ ਤੁਸੀਂ ਇਹਦੇ ਬਾਰੇ ਦੱਸੋ ਉਹਨੇ ਟਵੀਟ ਕਰਤਾ ਮੈਨੂੰ ਲੱਗਦਾ ਵੀ ਹਰਜਿੰਦਰ ਪੰਜਾਬ ਦੇ ਲੋਕਾਂ ਨੂੰ ਇਹਨਾਂ ਕੋਲੇ ਜਾਣਾ ਭੂ ਭਾਈ ਬੱਸ ਕਰੋ ਅ ਤੇ ਜੀ ਆਇਆ ਸੀ ਪਿੱਛੇ ਜਿਹੇ ਕਹਿੰਦੇ ਭੱਜ ਕੇ ਛਟਾਈ ਮੱਖਣਾ ਵੇ ਜੱਟ ਪਾਣੀ ਦੀ ਵਾਰੀ ਦੇ ਪਿੱਛੇ ਲੜ ਪਏ ਠਿਕਣਾ ਜਿੱਦੋਂ ਲੜਾਈ ਹੁੰਦੀ ਹੈ ਤਾਂ ਫਿਰ ਹੋਰ ਨੂੰ ਹਾਕ ਮਾਰਨੀ ਪੈਂਦੀ ਆ ਹਾਂ ਠਿਕਣਾ ਅੱਪ ਪਿਛਲੇ ਦਿਨਾਂ ਤੋਂ ਜਿਹੜਾ ਟਵੀਟ ਵਾਰ ਆ ਨਾ ਹਾਂ ਟਵੀਟ ਯੁੱਧ ਹਾਂ ਇਹ ਬੜਾ ਖਤਰਨਾਕ ਆ ਸ਼ਬਦੀ ਯੁੱਧ ਆ ਇਹ ਉਹਨੇ ਕਪਤਾ ਲਿਖ ਕੇ ਪਾਤੀ ਜੀ ਉਹਨੇ ਵਿਅੰਗ ਕਰਤਾ ਠਿਕਣਾ ਅੱਪ ਥੋੜੇ ਕਿ ਦਿਨ ਪਹਿਲਾਂ ਪ੍ਰਤਾਪ ਸਿੰਘ ਬਾਜਵਾਲਾ ਮਸਲਾ ਸੀ ਲਾਭ ਸਿੰਘ ਉਹ ਗੋਕੇ ਨੂੰ ਕੁਝ ਕਹਿੰਦਾ ਸੀ ਉਸ ਤੋਂ ਪਹਿਲਾਂ ਮਜੀਠੀਏ ਹੋਰਿਆਂ ਨਾਲ ਸਿੰਘ ਫਸੇ ਹੋਏ ਸੀ ਹੁਣ ਲੇਟੈਸਟ ਕੀ ਹੋਇਆ ਬੀ ਨਵਜੋਤ ਸਿੱਧੂ ਨੇ ਵਿਅੰਗ ਕੀਤਾ ਸੀ ਵੀ ਭਗਵੰਤ ਮਾਨ ਸਾਹਿਬ ਤੇ ਕਿ ਇਹਨਾਂ ਨੇ ਕੀ ਬਦਲਾ ਲਿਆਂਦਾ ਹੂੰ ਬਸ ਇਹਨਾਂ ਨੇ ਇਹੀ ਬਦਲਾ ਲਿਆਂਦਾ ਵੀ ਇਹਨਾਂ ਨੇ ਪਤਨੀ ਬਦਲ ਲਈ ਦੂਜਾ ਵਿਆਹ ਕਰ ਲਿਆ ਹੂੰ ਬਹੁਤ ਘਟਿਆ ਗੱਲ ਆ ਐਦਾਂ ਦੀ ਨਹੀਂ ਨਿੱਜੀ ਹੋਣੀ ਚਾਹੀਦੀ ਗੱਲਬਾਤ ਵਿਆਹ ਕਰਾਉਣਾ ਬੰਦੇ ਦਾ ਨਿੱਜੀ ਫੈਸਲਾ ਹੂੰ ਭਾਵੇਂ ਉਹ ਛੜਾ ਰਹੇ ਦੂਜਾ ਵਿਆਹ ਕਰਵਾਵੇ ਤੀਜਾ ਕਰਵਾਵੇ ਨਿੱਜੀ ਫੈਸਲਾ ਉਹਦਾ ਜਿੱਥੇ ਅਗਲੇ ਦਾ ਮਨ ਖੁਸ਼ ਆ ਉੱਥੇ ਅਗਲਾ ਕਰਵਾਓ ਬਿਲਕੁਲ ਠੀਕ ਆ ਨਾ ਉਸ ਤੋਂ ਬਾਅਦ ਕੀ ਹੋਇਆ ਜੀ ਭਗਵਾਨਤਮਾਨ ਜੀ ਕੱਲ ਕਿਤੇ ਸਮਾਗਮ ਤੇ ਬੋਲਦੇ ਆ ਉਹ ਫਿਰ ਮੰਚ ਤੋਂ ਹੀ ਸਿੱਧੇ ਹੋ ਗਏ ਹੂੰ ਕਹਿੰਦੇ ਵੀ ਤੁਸੀਂ ਡੂਮਨੇ ਤੇ ਡਲਾ ਮਾਰ ਲਿਆ ਹਾਂ ਜੇ ਹਾਂ ਹਾਂ ਤੋਂ ਫਿਰ ਹਾਂ ਹੀ ਸਹੀ ਫਿਰ ਮੈਂ ਵੀ ਐਂ ਚੱਲੂ ਹੂੰ ਉਹਨਾਂ ਨੇ ਫਿਰ ਸਿੱਧੇ ਹੀ ਉਥੋਂ ਮੰਚ ਤੋਂ ਹੀ ਕਹਿਤਾ ਕਹਿੰਦੇ ਵੀ ਭਾਈ ਸਾਡੇ ਛੋਟੀ ਛੋਟੀ ਉਮਰ ਦੇ ਮੁੰਡੇ ਕੁੜੀਆਂ ਜਿੱਤ ਗਏ ਕੁਆਰੇ ਨੇ ਫਿਰ ਵਿਆਹ ਤਾਂ ਕਰਾਉਣਗੇ ਹਾਂ ਠੀਕਣਾ ਤੇ ਉਹਨਾਂ ਨੇ ਮੀਤ ਹਰਵਨੀ ਹੱਸਦਿਆਂ ਕਹਿੰਦੇ ਹਲੇ ਆ ਸਾਡਾ ਮੁੰਡਾ ਬੈਠਾ ਹਾਂ ਹੈਨਾ ਏਦਾਂ ਦੇ ਹਾਸੇ ਮਜ਼ਾਕ ਵਾਲੀਆਂ ਗੱਲਾਂ ਫਿਰ ਉਥੋਂ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਤੇ ਵਿਅੰਗ ਕਰਤਾ ਕਹਿੰਦੇ ਤੁਸੀਂ ਬਦਲਾ ਦੀ ਗੱਲ ਕਰਦੇ ਹੋ ਠੀਕ ਹੈ ਨਾ ਜੇ ਤੁਹਾਡੇ ਪਿਓ ਨੇ ਕਹਿੰਦਾ ਦੂਜਾ ਵਿਆਹ ਕਰਵਾ ਕੇ ਨਾਂ ਬਦਲਾ ਲਿਆਂਦਾ ਹੁੰਦਾ ਤਾਂ ਅੱਜ ਸ਼ਾਇਦ ਤੁਸੀਂ ਨਾ ਹੁੰਦੇ ਬਿਲਕੁਲ ਉਹਨਾਂ ਨੇ ਹੁਣ ਇਹ ਜਿਹੜਾ ਉਹਨਾਂ ਦੇ ਪਿਓ ਦੇ ਉੱਤੇ ਵਿਅੰਗ ਕਰਤਾ ਉਹਦਾ ਹੁਣ ਸ਼ਬਦਾਂ ਦੇ ਵਿੱਚ ਜਵਾਬ ਜਿਹੜਾ ਹੈਗਾ ਨਵਜੋਤ ਕੌਰ ਸਿੱਧੂ ਨੇ ਦਿੱਤਾ ਹਾਂਜੀ ਠੀਕ ਹੈ ਨਾ ਕੁਦਰਤੀ ਆ ਸੌਰੇ ਤੇ ਵਿਅੰਗ ਹੋਇਆ ਠੀਕ ਹੈ ਨਾ ਉਹ ਉਹਨੇ ਕਿਹਾ ਵੀ ਸਾਡੇ ਪਿਓ ਦਾ ਇੱਕੋ ਹੀ ਵਿਆਹ ਸੀ ਤੇ ਤੂੰ ਸਾਬਤ ਕਰ ਦੇ ਵੀ ਦੋ ਵਿਆਹ ਕਿਹੜੇ ਵੇਲੇ ਹੋਏ ਆ ਠੀਕ ਹੈ ਨਾ ਤਾਂ ਇਹ ਸ਼ਬਦੀ ਜੰਗ ਬੜੀ ਖਤਰਨਾਕ ਆ ਪਰਮਿੰਦਰ ਹੁਣ ਨਵਜੋਤ ਸਿੱਧੂ ਨੇ ਮੈਂ ਵੇਖ ਰਿਹਾ ਸੀ ਕਿ ਉਹਨ ਭਗਵੰਤ ਮਾਨ ਨੂੰ ਖੁੱਲਾ ਸੱਦਾ ਦਿੱਤਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਚਰਚਾ ਕਰਨ ਲਈ ਵੀ ਆ ਬੈਠ ਆਪਾਂ ਚਰਚਾ ਕਰਦੇ ਆ ਤੇ ਮੈਨੂੰ ਲੱਗਦਾ ਹੈ ਭਾਵੇਂ ਕੋਈ ਵੀ ਲੀਡਰ ਆ ਠੀਕ ਹੈ ਨਾ ਭਾਵੇਂ ਭਗਵੰਤ ਮਾਨ ਸਾਹਿਬ ਨੇ ਪਾ ਮੇ ਨਵਜੋਤ ਸਿੱਧੂ ਆ ਸੁਖਪਾਲ ਖਹਿਰਾ ਗਾ ਕੋਈ ਵੀ ਆ ਕਿਸੇ ਵੀ ਪਾਰਟੀ ਦਾ ਤੁਸੀਂ ਜੇ ਕੋਈ ਮਨ 'ਚ ਹੈ ਪੜਾਸ ਕੋਈ ਗੱਲ ਹੈ ਹੂੰ ਤੁਸੀਂ ਆਪ ਦੀ ਪਰਸਨੈਲਿਟੀ ਦਾ ਇੰਨਾ ਜਲੂਸ ਕਿਉਂ ਕੱਢ ਰਹੇ ਹੋ ਯਾਰ ਹਾਂ ਤੁਹਾਡੀ ਇੱਕ ਛਵੀ ਬਣੀ ਹੋਈ ਆ ਹੂੰ ਤੁਹਾਡੇ ਤੁਹਾਡਾ ਇੱਕ ਆਪ ਦਾ ਫੈਨ ਵਰਗ ਆ ਹੂੰ ਤੁਹਾਡੀ ਜਿਹੜੀ ਫੈਨ ਫੋਲਿੰਗ ਵਰਗ ਆ ਉਹਨਾਂ ਦੇ ਵਿੱਚ ਹੈ ਕਿਤੇ ਨਾ ਕਿਤੇ ਉਹ ਤਾਂ ਸੋਚਦੇ ਤਾਂ ਹੈਗੇ ਆ ਇਹ ਕਿੰਨੀਆਂ ਵਾਹਿਆਤ ਗੱਲਾਂ ਕਰੀ ਜਾਂਦੇ ਆ ਪਿਉਆਂ ਦੇ ਵਿਆਹ ਤੇ ਉਤਰਿਆ ਏ ਮਾਫ ਕਰਨਾ ਆਪਾਂ ਨੂੰ ਸ਼ਬਦ ਕਹਿਣੀ ਨਹੀਂ ਚਾਹੀਦੇ ਕੱਲ ਨੂੰ ਅਗਲਾ ਮਾਮਾ ਤੇ ਉਤਰਨਗੇ ਹੂੰ ਮਾਮਾ ਤੇ ਵਿਅੰਗ ਕਰਨਗੇ ਮਾਮਾ ਦੇ ਵਿਆਹ ਤੇ ਵਿਅੰਗ ਕਰਨਗੇ ਫਿਰ ਪਰਸੋਂ ਚੌਥੇ ਹੋ ਸਕਦਾ ਕੋਈ ਲੀਡਰ ਇੰਨੀ ਵਾਹਿਆਤ ਗੱਲ ਕਰ ਦੇ ਵੀ ਇੱਕ ਦੂਜੇ ਦੇ ਡੀਐਨ ਪਰਖਣ ਤੱਕ ਜਾਣ ਹੂੰ ਇਹ ਇਹ ਮੁੱਦੇ ਥੋੜੀ ਆ ਪਰਮਿੰਦਰ ਜੀ ਇਹ ਮੁੱਦੇ ਥੋੜੀ ਨੇ ਮੁੱਦੇ ਤਾਂ ਉਹ ਨੇ ਜਿਹੜੇ ਪੰਜਾਬ ਦੇ ਵਿੱਚ ਤਪੇ ਬੈਠੇ ਆ ਲੋਕਾਂ ਮੁੱਦੇ ਤਾਂ ਉਹ ਨੇ ਜਦੋਂ ਮੈਂ ਰਵੀਸ਼ ਕੁਮਾਰ ਦੀ ਇੱਕ ਕੋਟੇਸ਼ਨ ਪੜ੍ਹ ਰਿਹਾ ਸੀ ਬੜੇ ਨਾਮੀ ਪੱਤਰਕਾਰ ਨੇ ਆਪਣੇ ਭਾਰਤ ਦੇ ਹੂੰ ਉਹਨਾਂ ਨੇ ਪੀਐਮ ਸਾਹਿਬ ਤੇ ਇੱਕ ਤੰਜ ਕਸਿਆ ਕਹਿੰਦੇ ਵੀ ਪੀਐਮ ਸਾਹਿਬ ਨੂੰ 40 ਸਾਲ ਪਹਿਲਾਂ ਪਿੱਛੇ ਕੀ ਘਟਿਆ ਕੀ ਘਟਨਾਵਾਂ ਹੋਈਆਂ ਉਹ ਤਾਂ ਸਾਰੀਆਂ ਯਾਦ ਨਹੀਂ ਹੂੰ ਪਰ 7 ਸਾਲ ਪਹਿਲਾਂ ਕੀ ਵਾਅਦੇ ਕੀਤੇ ਸੀ ਉਹ ਯਾਦ ਨਹੀਂ ਸੇਮ ਪੁਰਾਣੀਆਂ ਗੱਲਾਂ ਤਾਂ ਯਾਦ ਨਹੀਂ ਸਾਰੀ ਲੀਡਰਾਂ ਨੂੰ ਹਾਂ ਪਰ ਜਿਹੜੇ ਤੁਸੀਂ ਲੇਟੈਸਟ ਵਾਅਦੇ ਕੀਤੇ ਆ ਉਹਨਾਂ ਨੂੰ ਇੰਪਲੀਮੈਂਟ ਕਰਨ ਤੇ ਉੱਤਰ ਆਓ ਉਹਨਾਂ ਤੇ ਉੱਤੇ ਵਿਚਾਰ ਕਰੋ ਕਿਹਦੇ ਪਿਓ ਨੇ ਦੂਜਾ ਵਿਆਹ ਕਰਵਾਇਆ ਕਿਹਨੇ ਪਹਿਲਾ ਕਰਵਾ ਲਿਆ ਕਿਦਾ ਤਲਾਕ ਹੋ ਗਿਆ ਕੌਣ ਕੀ ਕਰੀ ਜਾਂਦਾ ਇਹ ਗੱਲਾਂ ਮੈਨੂੰ ਲੱਗਦਾ ਨਹੀਂ ਪੰਜਾਬ ਨਾਲ ਪੰਜਾਬੀਅਤ ਨਾਲ ਇਹਨਾਂ ਦਾ ਇੱਕ ਪੈਸਾ ਕਿ ਅੱਧਾ ਪੈਸਾ ਵੀ ਇਹਨਾਂ ਦਾ ਕੋਈ ਤਾਲੁਕਤ ਨਹੀਂ ਹੈ ਬਿਲਕੁਲ ਤੇ ਇਸ ਤਰੀਕੇ ਨਾਲ ਬਿਆਨ ਆਉਂਦੇ ਨੇ ਟਵੀਟ ਕਰਤਾ ਇਹ ਗੱਲਾਂ ਦੇ ਨਾਲ ਸੰਬੰਧ ਤਾਂ ਕੋਈ ਹੈ ਨਹੀਂ ਪਰ ਮੈਨੂੰ ਇਸ ਤਰੀਕੇ ਨਾਲ ਲੱਗਦਾ ਕਿ ਇਹ ਪੰਜਾਬ ਦੇ ਮੁੱਦੇ ਚਲੋ ਭੁਲਣਾ ਭੁੱਲ ਗਏ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਮੈਨੂੰ ਲੱਗਦਾ ਵੀ ਸੜਕਾਂ ਤੇ ਉੱਤਰ ਕੇ ਐਸੋਟ ਹੋਣਗੇ ਕਿ ਜਿਵੇਂ ਆਪਾਂ ਉਹ ਨਹੀਂ ਆਪਾਂ ਜੀਵੀਦਾਰ ਜੱਟ ਭਾਈ ਆਪਣੇ ਪਾਣੀ ਦੀ ਵਾਰੀ ਵਿੱਚ ਥੋੜੇ ੜੇ ਲੜਦੇ ਹੁੰਦੇ ਬਿਲਕੁਲ ਹੁਣ ਜੇ ਅ ਦੇਖੋ ਇਹਨਾਂ ਨੇ ਸਭ ਨੇ ਆਪੋ ਆਪਣਾ ਇੱਕ ਆਈਟੀ ਸੈੱਲ ਰੱਖਿਆ ਹੋਇਆ ਠੀਕ ਹੈ ਨਾ ਉਹ ਆਈਟੀ ਸੈੱਲ ਉਹਨਾਂ ਦੇ ਅਕਾਊਂਟਸ ਨੂੰ ਚਲਾਉਂਦਾ ਭਾਵੇਂ ਟਵਿੱਟਰ ਅਕਾਊਂਟ ਨੇ ਭਾਵੇਂ ਫੇਸਬੁੱਕ ਅਕਾਊਂਟ ਆ ਠੀਕ ਹੈ ਨਾ ਜਿਹੜੀ ਗੱਲ ਤੇ ਹੁੰਦਾ ਉੱਥੇ ਹੀ ਲਿਖ ਕੇ ਪਾ ਦਿੰਦੇ ਨੇ ਹੂੰ ਠੀਕ ਹੈ ਨਾ ਮੈਨੂੰ ਨਹੀਂ ਲੱਗਦਾ ਵੀ ਸੀਐਮ ਸਾਹਿਬ ਇੰਨੇ ਵਿਹਲੇ ਹੋਣਗੇ ਵੀ ਐਡੀਆਂ ਐਡੀਆਂ ਕਪਤਾਮਾਂ ਉਹ ਆਪਦੇ ਟਵੀਟ ਤੇ ਪਾਉਂਦੇ ਆ ਹੂੰ ਹੋ ਸਕਦਾ ਲਿਖ ਕੇ ਉਹ ਦਿੰਦੇ ਹੋਣ ਹੂੰ ਆਰਡਰ ਕਰਦੇ ਹੋਣ ਵੀ ਆ ਪਾ ਦਿਓ ਚਾੜ੍ਹ ਦਿਓ ਹੂੰ ਠੀਕ ਹੈ ਨਾ ਸੇਮ ਉਸੇ ਤਰ੍ਹਾਂ ਦੂਸਰੇ ਫਿਰ ਹੁਣ ਇਹ ਦੂਬਾਤ ਜਿਹੜਾ ਹੈਗਾ ਇੱਕ ਰਾ ਇਹਨਾਂ ਕੋਲੇ ਦੂਸਰਾ ਇਹੀ ਰਹਿ ਗਿਆ ਵੀ ਆਜੋ ਭਾਈ ਹੁਣ ਸੜਕਾਂ ਤੇ ਉਤਰਿਓ ਹੂੰ ਠੀਕ ਹੈ ਨਾ ਪਰ ਹੁਣ ਮੈਂ ਇਹ ਸੋਚਦਾ ਵੀ ਪੰਜਾਬ ਦੇ ਲੋਕਾਂ ਨੂੰ ਵੀ ਜਾਗਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਵੀ ਕਿਤੇ ਕਿਤੇ ਨਾ ਕਿਤੇ ਇਹਨਾਂ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਜੀ ਇਹਨਾਂ ਗੱਲਾਂ ਤੋਂ ਹੁਣ ਹਟਜੋ ਇਹ ਗੱਲਾਂ ਤੁਹਾਡੇ ਲੈਵਲ ਦੀਆਂ ਨਹੀਂ ਹੈਗੀਆਂ ਤੇ ਦੂਸਰੀ ਗੱਲ ਇਹ ਕਿ ਜਿਹੜੇ ਵੀ ਸਾਰੇ ਲੀਡਰਾਂ ਦੇ ਸਲਾਹਕਾਰ ਨੇ ਹਰ ਇੱਕ ਲੀਡਰ ਦੇ ਇੱਕ ਇੱਕ ਦੋ ਦੋ ਸਲਾਹਕਾਰ ਤਾਂ ਹੁੰਦੇ ਆ ਹੱਥ ਜੋੜ ਕੇ ਆਪਾਂ ਬੇਨਤੀ ਕਰ ਸਕਦੇ ਆਂ ਵੀ ਭਾਈ ਆਪਦੇ ਸਲਾਹਕਾਰ ਚੱਜਦੇ ਰੱਖ ਲੋ ਚੰਗੇ ਰੱਖ ਲੋ ਜਿਹੜੇ ਤੁਹਾਨੂੰ ਸਹੀ ਸਮੇਂ ਤੇ ਇੱਕ ਬਜੰਦਾਰ ਸਲਾਹ ਦੇਣ ਜਾਣਕਾਰੀ ਦੇ ਦੇਣਾ ਜਾਣਕਾਰੀ ਦੇਣਾ ਵੀ ਸਰ ਵੀ ਆਹ ਗੱਲਾਂ ਹੁਣ ਕਰਨ ਵਾਲੀਆਂ ਹੈ ਨਹੀਂ ਮੈਂ ਤਾਂ ਮੈਂ ਤਾਂ ਐ ਹੈਰਾਨ ਵੀ ਇਹਨਾਂ ਨੇ ਸਲਾਹ ਕਰਕੇ ਉਹ ਜਿਹੇ ਰੱਖੇ ਹੋਏ ਜਿਹੜੇ ਇਹਨਾਂ ਗੱਲਾਂ ਤੋਂ ਵਰਜਦੇ ਹੀ ਨਹੀਂ ਜਿਹੜੇ ਇਹਨਾਂ ਗੱਲਾਂ ਤੋਂ ਕੋਈ ਸੁਝਾਈ ਨਹੀਂ ਦਿੰਦੇ ਹੈਗੇ ਮੈਨੂੰ ਲੱਗਦਾ ਉਹ ਵੀ ਇਹਨਾਂ ਗੱਲਾਂ ਦਾ ਸਵਾਦ ਲੈਣ ਤੇ ਲੱਗੇ ਹੋਏ ਆ ਹਾਂ ਹੈਨਾ ਸੋ ਪਰਮੇਂਦਰ ਗੱਲਾਂ ਇਹ ਪੰਜਾਬ ਲਈ ਪੰਜਾਬੀਅਤ ਲਈ ਕੋਈ ਚੰਗੀਆਂ ਨਹੀਂ ਹੈਗੀਆਂ ਤੇ ਭਾਵੇਂ ਖਲੇ ਵੀ ਚੰਗੇ ਸੰਕੇਤ ਨਹੀਂ ਹੈਗੇ ਜੇਕਰ ਇਸ ਤਰ੍ਹਾਂ ਦੇ ਮਾਪਿਓ ਦੇ ਵਿਆਹ ਪਰਖੇ ਜਾਣਗੇ ਫਿਰ ਕੱਲ ਨੂੰ ਭੈਣਾਂ ਦੀਆਂ ਗੱਲਾਂ ਤੇ ਉਤਰੇ ਆਉਣਗੇ ਇਹ ਕੋਈ ਮੈਨੂੰ ਨਹੀਂ ਲੱਗਦਾ ਐਡੇ ਰਤਬਿਆਂ ਤੇ ਬੈਠੇ ਹੋਏ ਲੋਕਾਂ ਦੀ ਲੈਵਲ ਦੀਆਂ ਗੱਲਾਂ ਨਹੀਂ ਹੈਗੀਆਂ ਬਿਲਕੁਲ ਹਰਜਿੰਦਰ ਆਸ ਕਰਦਾ ਕਿ ਆਪਣਾ ਇਹ ਪ੍ਰੋਗਰਾਮ ਸਾਡੇ ਦਰਸ਼ਕ ਸਾਨੂੰ ਚਾਹਣ ਵਾਲੇ ਜਰੂਰ ਪਸੰਦ ਕਰਦੇ ਹੋਣਾ ਤੇ ਮੈਂ ਇੱਕ ਅਪੀਲ ਕਰਦਾ ਕਿ ਜੇ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਵਧੀਆ ਲੱਗਦਾ ਚੰਗਾ ਲੱਗਦਾ ਤੇ ਸਾਨੂੰ ਤੁਹਾਡੀ ਜਿਹੜੀ رائے ਹੈ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਆ ਕਰੋ ਜਿਹੜਾ ਤੁਸੀਂ ਮੁੱਦਾ ਤੁਹਾਡੇ ਸ਼ਹਿਰ ਦਾ ਹੋਇਆ ਕਰੂਗਾ ਤੁਹਾਡੇ ਪਿੰਡ ਦਾ ਹੋਇਆ ਕਰੂਗਾ ਉਹ ਤੁਹਾਡੇ ਹਲਕੇ ਦੀ ਸਮੱਸਿਆ ਹੋਇਆ ਕਰੂਗੀ ਉਸ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੀ ਲੈ ਕੇ ਜਾਵਾਂਗੇ ਤੁਹਾਡੇ ਕੀ ਨਹੀਂ ਪੂਰੀ ਦੁਨੀਆ ਅਗੇ ਸਰਕਾਰ ਅਗੇ ਰੱਖਾਂਗੇ ਕਿਉਂ ਹਰਜਿੰਦਰ ਜੀ ਸਹੀ ਗੱਲ ਬਿਲਕੁਲ ਸਹਿਮਤ ਹ ਕਿਉਂਕਿ ਲੋਕਾਂ ਦਾ ਪ੍ਰੋਗਰਾਮ ਹੈ ਤੇ ਲੋਕਾਂ ਦੀ ਰਾਇਮਤ ਆ ਕਿ ਲੋਕ ਰਾਏ ਹੈ ਤੇ ਇਸ ਕਰਕੇ ਬੇਝਿਜਕ ਹੋ ਕੇ ਅਸੀਂ ਇਹ ਪ੍ਰੋਗਰਾਮ ਦੇ ਵਿੱਚ ਲੋਕਾਂ ਦੀਆਂ ਗੱਲਾਂ ਖੁੱਲ ਕੇ ਰੱਖਿਆ ਕਰਾਂਗੇ ਬਿਲਕੁਲ ਬਿਲਕੁਲ ਇਹਨਾਂ ਨਾਲ ਤੁਹਾਨੂੰ ਮੈਨੂੰ ਦੀ ਇਜਾਜ਼ਤ ਤਾਰਸ਼ੀਕਾ